ਸੱਸੀ ਗੱਲ ਪਿਆਰੇ ਵਿਦਿਆਰਥੀਓ ਅੱਜ ਅਸੀਂ 12ਵੀਂ ਕਲਾਸ ਹਿਸਟਰੀ ਦਾ ਦੂਸਰਾ ਪਾਠ ਪੰਜਾਬ ਦੇ ਇਤਿਹਾਸਿਕ ਸੋਮੇ ਸੋਰਸਿਸ ਆਫ ਹਿਸਟਰੀ ਆਫ ਪੰਜਾਬ ਇਹਦੇ ਬਹੁ ਵਿਕਲਪੀ ਐਮਸੀਕਿਊ ਟਾਈਪ ਕਵਚਨ ਕਰਾਂਗੇ ਜੋ ਕਿ ਤੁਹਾਨੂੰ ਟਰਮ 1 2 ਤੁਹਾਡੇ ਪੇਪਰ ਹੋਣ ਜਾ ਰਹੇ ਹੈ ਨਵੰਬਰ ਦਸੰਬਰ ਦੇ ਵਿੱਚ ਇਹਦੇ ਲਈ ਤੁਹਾਡੇ ਹੈਲਪ ਕਰਨਗੇ ਸੋ ਚਲੋ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਪੰਜਾਬ ਦਾ ਇਤਿਹਾਸ ਲਿਖਣ ਸੰਬੰਧੀ ਇਤਿਹਾਸਕਾਰਾਂ ਨੂੰ ਕਿਹੜੀ ਔਕੜ ਪੇਸ਼ ਆਂਦੀ ਹੈ ਕਿਹੜੀ ਔਕੜ ਪੇਸ਼ ਆਈ ਜੀ ਇਹ ਸਾਰੀਆਂ ਔਕੜਾਂ ਲਿਖਣ ਦੇ ਵਿੱਚ ਜਿਹੜੇ ਇਤਿਹਾਸਕਾਰ ਸੀ ਇਹਨਾਂ ਦੀ ਦਿਲਚਸਪੀ ਘੱਟ ਸੀ ਲਗਾਤਾਰ ਲੜਾਈਆਂ ਕਾਰਨ ਕਾਫੀ ਇਤਿਹਾਸਿਕ ਸਮਗਰੀ ਨਸ਼ਟ ਹੋ ਗਈ ਸਿੱਖਾਂ ਨੂੰ ਆਪਣੀ ਇਤਿਹਾਸਿਕ ਲਿਖਣ ਦਾ ਸਮਾਂ ਨਹੀਂ ਮਿਲਿਆ ਪ੍ਰਸ਼ਨ ਦੂਜਾ ਹੇਠ ਲਿਖਿਆਂ ਵਿੱਚੋਂ ਕਿਹੜਾ ਸੋਮਾ ਸਿੱਖਾਂ ਦੇ ਧਾਰਮਿਕ ਸਾਹਿਤ ਨਾਲ ਸੰਬੰਧ ਨਹੀਂ ਹੈ ਗੁਰੂ ਸ਼ੋਭਾ ਤੀਸਰਾ ਆਦ ਗ੍ਰੰਥ ਸਾਹਿਬ ਜੀ ਦੇ ਸੰਕਲਨ ਵਿੱਚ ਨੂੰ ਸਿੱਖ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਘਟਨਾ ਮੰਨਿਆ ਜਾਂਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਇਸ ਸੰਕਲਨ ਕਿਹੜੇ ਗੁਰੂ ਸਾਹਿਬਾਨ ਨੇ ਕੀਤਾ ਸੀ ਆਦ ਗ੍ਰੰਥ ਗੁਰੂ ਅਰਜਨ ਦੇਵ ਜੀ ਆਪਸ਼ਨ ਤੀਜਾ ਆਦ ਗ੍ਰੰਥ ਦੀ ਰਚਨਾ ਕਦੋਂ ਹੋਈ 1604 ਆਪਸ਼ਨ ਸੀ ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ ਦਾ ਨਾਮ ਕੀ ਹੈ ਸ੍ਰੀ ਗੁਰੂ ਆਦ ਗ੍ਰੰਥ ਸਾਹਿਬ ਜੀ ਪੁਰਾਣਾ ਗ੍ਰੰਥ ਹੈ ਆਪਸ਼ਨ ਏ ਦਸ਼ਮ ਗ੍ਰੰਥ ਜੋ ਸਾਹਿਬ ਹੈ ਸੰਕਲਨ ਕਿਸ ਨੇ ਕੀਤਾ ਸੀ ਉਨ੍ਹਾਂ ਦਾ ਦਸਮ ਗ੍ਰੰਥ ਦਾ ਜਿਸ ਸੰਕਲਨ ਹੈ ਉਹ ਹੋਇਆ ਸੀ ਭਾਈ ਮਨੀ ਸਿੰਘ ਆਪਸ਼ਨ ਬੀ ਦਸਮ ਗ੍ਰੰਥ ਦਾ ਸੰਕਲਨ ਕਦੋਂ ਹੋਇਆ ਕੰਪਾਈਲ ਕਦੋਂ ਕੀਤਾ ਗਿਆ ਉਹਨੂੰ 1721 ਆਪਸ਼ਨ ਡੀ ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਦਸਮ ਗ੍ਰੰਥ ਵਿੱਚ ਸ਼ਾਮਲ ਨਹੀਂ ਹੈ ਸੁਖਮਣੀ ਸਾਇ ਦਸਮ ਗ੍ਰੰਥ ਜੀ ਦਾ ਸਬੰਧ ਕਿਸ ਗੁਰੂ ਨਾਲ ਹੈ ਦਸਵੇਂ ਗੁਰੂ ਨਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਜਫਰਨਾਮਾ ਕਿਸ ਗੁਰੂ ਨੇ ਲਿਖਿਆ ਬੜਾ ਆਸਾਨ ਹੈ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਕਿਸ ਮੁਗਲ ਬਾਦਸ਼ਾਹ ਨੂੰ ਲਿਖਿਆ ਸੀ ਔਰੰਗਜ਼ੇਬ ਆਪਸ਼ਨ ਬੀ ਵਿਚਤਰਨਾਟਕ ਕੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਆਪਸ਼ਨ ਸੀ ਕੀ ਤੁਸੀਂ ਉਸ ਮਹਾਨ ਸ਼ਖਸੀਅਤ ਦਾ ਨਾਮ ਦੱਸ ਸਕਦੇ ਹੋ ਜਿਨ੍ਹਾਂ ਦੀ 12 ਨੂੰ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ ਭਾਈ ਗੁਰਦਾਸ ਦੀਆਂ 12 ਆਪਸ਼ਨ ਏ 14 ਭਾਈ ਗੁਰਦਾਸ ਜੀ ਨੇ ਕੁੱਲ ਕਿੰਨੀਆਂ 12 ਦੀ ਰਚਨਾ ਕੀਤੀ ਸੀ ਇਹ ਚਾਏਗਾ ਜੀ 39 12 ਆਪਸ਼ਨ ਡੀ ਪਾਈ ਗੁਰਦਾਸ ਜੀ ਦੁਆਰਾ 12 ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜੀ ਬਾਣੀ ਇਤਿਹਾਸਿਕ ਪੱਖ ਤੋਂ ਮਹੱਤਵਪੂਰਨ ਹੈ ਪਹਿਲੀ ਵਾਰ ਆਪਸ਼ਨ ਏ ਜਨਮ ਸਾਖੀਆਂ ਤੋਂ ਕੀ ਭਾਵ ਹੈ ਜਨਮ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਕਥਨਾਵਾਂ ਨੇ 17 ਹੇਠ ਲਿਖਿਆਂ ਵਿੱਚੋਂ ਕਿਹੜੀ ਜਨਮ ਸਾਖੀ ਨੂੰ ਸਭ ਤੋਂ ਪ੍ਰੋਸੇਯੋਗ ਮੰਨਿਆ ਜਾਂਦਾ ਹੈ ਪੁਰਾਤਨ ਜਨਮ ਸਾਖੀ ਆਪਸ਼ਨ ਏ ਪੁਰਾਤਮ ਜਨਮ ਸਾਖੀ ਦਾ ਸੰਪਾਦਨ ਕਿਸ ਨੇ ਕੀਤਾ ਸੀ ਭਾਈ ਵੀਰ ਸਿੰਘ ਆਪਸ਼ਨ ਬੀ ਗਿਆਨ ਰਤਨਾਵਲੀ ਦਾ ਲੇਖ ਕੌਣ ਸੀ ਭਾਈ ਮਨੀ ਸਿੰਘ ਆਪਸ਼ਨ ਬੀ ਭਾਈ ਮਨੀ ਸਿੰਘ ਜੀ ਦਾ ਜਨਮ ਸਾਖੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਗਿਆਨ ਰਤਨਾਵਲੀ ਮਿਹਰਮਾਨ ਵਾਲੀ ਮਿਹਰਬਾਨ ਵਾਲੀ ਜਨਮ ਸਾਖੀ ਦਾ ਲੇਖਕ ਕੌਣ ਸੀ ਉਹਦਾ ਆਪਸ਼ਨ ਆਏਗਾ ਜੀ ਏ ਜਿਹਦਾ ਨਾਮ ਹੈ ਜੀ ਮਨੋਹਰ ਦਾਸ ਆਪਸ਼ਨ ਏ ਹੇਠ ਲਿਖਿਆਂ ਵਿੱਚੋਂ ਕਿਹੜਾ ਸੋਮਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਨਹੀਂ ਹੈ ਜੰਗਨਾਮਾ ਆਪਸ਼ਨ ਡੀ 23 ਨੰਬਰ ਜਨਮ ਸਾਖੀਆਂ ਵਿੱਚ ਕਿਹੜਾ ਮੁੱਖ ਦੋਸ਼ ਪਾਇਆ ਗਿਆ ਇਨ੍ਹਾਂ ਵਿੱਚ ਬਹੁਤ ਸਾਰੀਆਂ ਮਿਥਿਆਸੇ ਗੱਲਾਂ ਹਨ ਘਟਨਾਵਾਂ ਦਾ ਵਰਨਣ ਤੀਬਾਬ ਨਹੀਂ ਹੈ ਤੱਥਾਂ ਸੰਬੰਧੀ ਭਿੰਨਤਾ ਹੈ ਸੋ ਇਹਦੇ ਸਾਰੇ ਹੀ ਸਹੀ ਹੈ 24 ਭਾਈ ਬਾਲਾ ਕੌਣ ਸੀ ਭਾਈ ਬਾਲਾ ਗੁਰੂ ਨਾਨਕ ਦੇਵ ਜੀ ਦੇ ਬਚਪਨ ਦਾ ਸਾਥੀ ਇਹਦਾ ਆਏਗਾ ਆਪਸ਼ਨ ਏ ਬਾਲਾ ਤੇ ਮਰਦਾਨਾ ਤੁਸੀਂ ਜਾਣਦੇ ਹੋ ਕੀ ਤੁਸੀਂ ਇਹ ਜਾਣਦੇ ਹੋ ਕਿ ਗੁਰੂ ਸਾਹਿਬਾਨ ਦੁਆਰਾ ਕਿਹੜੇ ਆਗਿਆ ਪੱਤਰ ਜਾਰੀ ਕੀਤੇ ਜਾਂਦੇ ਸਨ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਹੁਕਮਨਾਮੇ ਆਪਸ਼ਨ ਬੀ ਹੁਕਮਨਾਮੇ ਕੀ ਹਨ ਹੁਕਮਨਾਮੇ ਤੁਹਾਨੂੰ ਪਹਿਲੇ ਦੱਸਿਆ ਹੈ ਗੁਰੂਆਂ ਦੇ ਆਗਿਆ ਪੱਤਰ ਆਪਸ਼ਨ ਏ ਸਭ ਤੋਂ ਵੱਧ ਹੁਕਮਨਾਮੇ ਕਿਸ ਗੁਰੂ ਸਾਹਿਬ ਦੇ ਪ੍ਰਾਪਤ ਹੋਏ ਹਨ ਗੁਰੂ ਗੋਬਿੰਦ ਸਿੰਘ ਜੀ ਆਪਸ਼ਨ ਡੀ 28 ਨੰਬਰ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੁੱਲ ਕਿੰਨੇ ਹੁਕਮਨਾਮੇ ਪ੍ਰਾਪਤ ਹਨ 34 34 ਹੁਕਮਨਾਮੇ ਆ ਜੀ ਆਪਸ਼ਨ ਬੀ ਗੁਰੂ ਗਵਿੰਦ ਸਿੰਘ ਜੀ ਨੇ ਦਰਬਾਰ ਸਾਹਿਬ ਵਿੱਚ 52 ਕਵੀ ਸ਼ਿਸ਼ੋਭਿਤ ਸਨ ਇਹਨਾਂ ਵਿੱਚੋਂ ਸੈਨਾਪਤ ਸਭ ਤੋਂ ਪ੍ਰਸਿੱਧ ਸੀ ਕੀ ਤੁਸੀਂ ਦੱਸ ਸਕਦੇ ਹੋ ਕਿ ਉਸ ਦੀ ਰਚਨਾ ਦਾ ਨਾਮ ਕੀ ਸੀ ਗੁਰੂ ਸ਼ੋਭਾ ਆਪਸ਼ਨ ਏ ਸੈਨਾਪਤ ਦਾ 30 ਨੰਬਰ ਗੁਰੂ ਸ਼ੋਭਾ ਦਾ ਲੇਖਕ ਕੌਣ ਸੀ ਸੈਨਾਪਤ ਬੰਸਾਵਲੀ ਨਾਮਾ ਦੀ ਰਚਨਾ ਕਿਸ ਨੇ ਕੀਤੀ ਸੀ ਕੇਸਰ ਸਿੰਘ ਛੱਬੜ ਨੇ ਸਿੱਖਾਂ ਦੀ ਭਗਤ ਮਾਲਾ ਦੀ ਰਚਨਾ ਕਿਸ ਨੇ ਕੀਤੀ ਸੀ ਭਾਈ ਮਨੀ ਸਿੰਘ ਆਪਸ਼ਨ ਏ ਹੇਠ ਲਿਖਿਆਂ ਵਿੱਚੋਂ ਕਿਹੜੀ ਪੁਸਤਕ ਦੀ ਰਚਨਾ ਕੇਸਰ ਸਿੰਘ ਛੱਬੜ ਨੇ ਕੀਤੀ ਸੀ ਬੰਸਾਵਲੀ ਨਾਮਾ ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ ਲੇਖਕ ਕੌਣ ਸੀ ਭਾਈ ਸੰਤੋਖ ਸਿੰਘ ਰਤਨ ਸਿੰਘ ਪੰਗੂ ਨੈ ਪਰਾਚੀਨ ਜੋ ਪੰਥ ਪ੍ਰਕਾਸ਼ ਦੀ ਰਚਨਾ ਕਦੋਂ ਕੀਤੀ ਸੀ 1841 ਚ ਤਵਾਰੀਖ ਗੁਰੂ ਖਾਲਸਾ ਦਾ ਲੇਖਕ ਕੌਣ ਸੀ ਗਿਆਨੀ ਗਿਆਨ ਸਿੰਘ ਤੁਜਕੇ ਬਾਵਰੀ ਕਿਸ ਬਾਦਸ਼ਾਹ ਨਾਲ ਸਬੰਧ ਹੈ ਬਾਵਰ ਨਾਲ ਆਪਸ਼ਨ B ਖੇਠ ਲਿਖਿਆਂ ਵਿੱਚੋਂ ਕਿਹੜਾ ਫਾਰਸੀ ਦਾ ਸ਼ੋਮਾ ਨਹੀਂ ਹੈ ਫਾਰਸੀ ਵਿੱਚ ਕਿਹੜਾ ਨਹੀਂ ਲਿਖਿਆ ਗਿਆ ਇਹ ਆਏਗਾ ਜੀ ਪ੍ਰਾਚੀਨ ਪੰਥ ਪ੍ਰਕਾਸ਼ ਆਪਸ਼ਨ B 39 ਬਾਬਰ ਨੇ 1526 ਵਿੱਚ ਭਾਰਤ ਵਿੱਚ ਮੁਗਲ ਵੰਸ਼ ਦੀ ਸਥਾਪਨਾ ਕੀਤੀ ਉਹ ਇੱਕ ਮਹਾਨ ਵਿਦਵਾਨ ਸੀ ਕਿ ਤੁਸੀਂ ਦੱਸ ਸਕਦੇ ਹੋ ਕਿ ਉਸ ਦੀ ਆਤਮ ਕਥਾ ਦਾ ਨਾਮ ਕੀ ਹੈ ਬਾਬਰਨਾਮਾ ਆਪਸ਼ਨ A ਉਹਦੀ ਬਾਇਓਗ੍ਰਾਫੀ ਹੈ ਬਾਬਰ ਨੇ ਤੁਜਕੇ ਬਾਵਰੀ ਦੀ ਰਚਨਾ ਕਿਸ ਭਾਸ਼ਾ ਵਿੱਚ ਕੀਤੀ ਸੀ ਤੁਰਕੀ ਵਿੱਚ ਆਪਸ਼ਨ B ਅਬুল ਫਜ਼ਲ ਕੌਣ ਸੀ ਅਕਬਰ ਦਾ ਦਰਬਾਰੀ ਇਤਿਹਾਸਕਾਰ 42 اکبر ਦਾ ਦਰਬਾਰ ਆਪਣੇ ਨੋ ਰਤਨਾ ਲਈ ਜਾਣਿਆ ਜਾਂਦਾ ਹੈ ਇਹਨਾਂ ਵਿੱਚੋਂ ਅਬੁਲ ਫਜ਼ਲ ਵੀ ਸੀ ਕਿ ਤੁਸੀਂ ਦੱਸ ਸਕਦੇ ਹੋ ਦੇ ਨਾਲ ਜੋ ਰਚਿਤ ਗ੍ਰੰਥ ਦਾ ਨਾਮ ਕੀ ਹੈ ਆਇਨੇ ਇਕਬਰੀ ਅਬੁਲ ਫਜ਼ਲ ਨੇ ਲਿਖਿਆ ਸੀ ਆਇਨੇ ਇਕਬਰੀ ਅਤੇ اکبرਨਾਮਾ ਦਾ ਲੇਖਕ ਕੌਣ ਸੀ ਅਬੁਲ ਫਜ਼ਲ ਆਪਸ਼ਨ ਏ ਤੁਜਕੇ ਜਹਾਂਗੀਰ ਦਾ ਲੇਖਕ ਕੌਣ ਸੀ ਜਹਾਂਗੀਰ ਆਪਸ਼ਨ ਬੀ ਜਹਾਂਗੀਰ ਦੀ ਆਤਮ ਕਥਾ ਦ ਵਿਸਥਾਨ ਇਹ ਮਜਾਹਿਬ ਸਿੱਖਾਂ ਦੇ ਕਿਹੜੀ ਸਦੀ ਦੇ ਇਤਿਹਾਸ ਲਈ ਮਹੱਤਵਪੂਰਨ ਸੋਮਾ ਹੈ 17ਵੀਂ ਸਦੀ ਆਪਸ਼ਨ ਸੀ ਖੁਲਾਸਤ ਉਤ ਤਵਾਰੀਖ ਦਾ ਲੇਖਕ ਕੌਣ ਸੀ ਸੁਜਾਨ ਰਾਏ ਭੰਡਾਰੀ ਆਪਸ਼ਨ ਐ ਕਾਫੀ ਖਾਨ ਨੇ ਕਿਸ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ ਮント ਖਿਵ ਉਲ ਲੋਬਾਬ ਜੰਗਨਾਮਾ ਦਾ ਲੇਖਕ ਕੌਣ ਸੀ ਕਾਜੀ ਨੂਰ ਮੁਹੰਮਦ ਹੇਠ ਲਿਖਿਆ ਵਿੱਚੋਂ ਕੌਣ ਮਹਾਰਾਜ ਰਣਜੀਤ ਸਿੰਘ ਦਾ ਦਰਬਾਰੀ ਇਤਿਹਾਸਕਾਰ ਸੀ ਸੋਹਣ ਲਾਲ ਸੂਰੀ ਸੋਹਣ ਲਾਲ ਸੂਰੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰੀ ਇਤਿਹਾਸਕਾਰ ਸੀ ਉਸਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਪੁਸਤਕ ਲਿਖੀ ਹੈ ਦਾ ਨਾਮ ਕੀ ਸੀ ਪ੍ਰਸ਼ਨ 50 ਇਹਦਾ ਆਇਆ ਗਿਆ ਉਮਦਤ ਉਤ ਤਵਾਰੀਖ ਉਮਦਤ ਉਤ ਤਵਾਰੀਖ ਜਿਹੜੀ ਹੈ ਕਿਸ ਭਾਸ਼ਾ ਚ ਲਿਖੀ ਗਈ ਸੀ ਫਾਰਸੀ ਖਸ਼ਬਖਤਰ ਆਇਨ ਹੈ ਤਵਾਰੀਖੇ ਸਿੱਖਾਂ ਦੀ ਰਚਨਾ ਕਦੋਂ ਕੀਤੀ ਸੀ 1811 ਹੇਠ ਲਿਖਿਆਂ ਵਿੱਚੋਂ ਕਿਹੜਾ ਸੋਮਾ ਮਹਾਰਾਜਾ ਰਜੀਤ ਸਿੰਘ ਦੇ ਸ਼ਾਸਨ ਕਾਲ ਦੀ ਜਾਣਕਾਰੀ ਨਹੀਂ ਦਿੰਦਾ ਜੰਗਨਾਮਾ ਆਪਸ਼ਨ ਡੀ ਪ੍ਰਸ਼ਨ 53 ਹੇਠ ਲਿਖਿਆਂ ਵਿੱਚੋਂ ਕਿਹੜਾ ਸੋਮਾ ਮਹਾਰਾਜਾ ਰਜੀਤ ਸਿੰਘ ਦੇ ਸ਼ਾਸਨ ਕਾਲ ਦੀ ਜਾਣਕਾਰੀ ਨਹੀਂ ਦਿੰਦਾ ਜੰਗਨਾਮਾ ਤਵਾਰੀਖੇ ਸਿੱਖਾਂ ਦੀ ਰਚਨਾ ਕਿਸ ਨੇ ਕੀਤੀ ਸੀ ਇਹਦਾ ਹੈ ਜੀ ਖੁਸ਼ਵਕਤਰ ਆਏ ਬੂਟੇ ਸ਼ਾਹ ਨੇ ਤਵਾਰੀਖੇ ਪੰਜਾਬ ਦੀ ਰਚਨਾ ਕਦੋਂ ਕੀਤੀ 1848 ਜਫਰਨਾਮਾ ਇਹ ਰਣਜੀਤ ਸਿੰਘ ਦਾ ਲੇਖਕ ਕੌਣ ਸੀ ਇਹਦਾ ਦੱਸਿਆ ਦੀਵਾਨ ਅਮਰਨਾਥ ਗਣੇਸ਼ ਦਾਸ ਬਢੇਹਰਾ ਦੀ ਪ੍ਰਸਿੱਧ ਪੁਸਤਕ ਦਾ ਨਾਮ ਕੀ ਸੀ ਚਾਰ ਬਾਗੇ ਪੰਜਾਬ ਚਾਰ ਬਾਗੇ ਪੰਜਾਬ ਦੀ ਰਚਨਾ ਕਦੋਂ ਹੋਈ ਸੀ 1855 ਆਪਸ਼ਨ ਸੀ ਪੱਟ ਵਹੀਆਂ ਦੀ ਖੋਜ ਕਿਸ ਨੇ ਕੀਤੀ ਸੀ ਇਹਦਾ ਆਏਗਾ ਜੀ ਗਿਆਨੀ ਗਿਰਜਾ ਸਿੰਘ 60 ਨੰਬਰ ਖਾਲਸਾ ਦਰਬਾਰ ਰਿਕਾਰਡ ਕਿਸ ਭਾਸ਼ਾ ਵਿੱਚ ਹੈ ਇਹਦਾ ਆਏਗਾ ਫਾਰਸੀ ਖਾਲਸਾ ਦਰਬਾਰ ਰਿਕਾਰਡ ਹੇਠ ਲਿਖਿਆਂ ਵਿੱਚੋਂ ਕਿਸ ਤੇ ਰੋਸ਼ਨੀ ਪਾਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਤੇ ਖਾਲਸਾ ਦਰਬਾਰ ਰਿਕਾਰਡ ਦਾ ਸੰਕਲਨ ਕਿਸ ਨੇ ਕੀਤਾ ਸੀਤਾਰਾਮ ਕੋਹਲੀ অপশন সি। ਹੇਠ ਲਿਖਿਆਂ ਵਿੱਚੋਂ ਕਿਹੜਾ ਯਾਤਰੀ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਪੰਜਾਬ ਨਹੀਂ ਆਇਆ? ਅਬਦੁਲ ਰਜਾਕ। এ জার্নি ਫਾਰਮ ਬੰਗਾਲ ਟੂ ਇੰਗਲੈਂਡ। এ জার্নি ਫਾਰਮ ਬੰਗਾਲ ਟੂ ਇੰਗਲੈਂਡ ਦਾ ਲੇਖਕ ਕੌਣ ਸੀ? ਜਾਰਜ ਫੋਰਸਟਰ অপশন ਬੀ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਨਾਲ ਸੰਬੰਧਿਤ ਹੇਠ ਲਿਖਿਆਂ ਵਿੱਚੋਂ ਕਿਹੜਾ ਸੋਮਾ ਅੰਗਰੇਜ਼ੀ ਵਿੱਚ ਨਹੀਂ ਹੈ 65 ਨੰਬਰ ਪ੍ਰਸ਼ਨ ਖਾਲਸਾ ਦਰਬਾਰ ਰਿਕਾਰਡ ਆਪਸ਼ਨ ਏ ਮੈਲਕੋਮ ਨੇ ਸਕੈਚ ਆਫ ਸਿੱਖੀ ਦੀ ਰਚਨਾ ਕਦੋਂ ਕੀਤੀ 1812 ਆਪਸ਼ਨ ਬੀ ਦਿ ਕੋਟ ਐਂਡ ਦੀ ਕੈਂਪ ਆਫ ਰਣਜੀਤ ਸਿੰਘ ਨਾਂ ਦੀ ਪ੍ਰਸਿੱਧ ਪੁਸਤਕ ਦਾ ਲੇਖਕ ਕੌਣ ਹੈ ਵਿਲੀਅਮ ਉਸਬੋਨ ਡਾਕਟਰ ਮੈਕਗੈਰਕ ਦੁਆਰਾ ਲਿਖੀ ਗਈ ਪੁਸਤਕ ਦਾ ਨਾਂ ਕੀ ਹੈ ਹਿਸਟਰੀ ਆਫ ਸਿੱਖਸ ਆਪਸ਼ਨ ਏ 69 ਹੀਟ ਲਿਖਿਆ ਵਿੱਚੋਂ ਕਿਹੜੀ ਕੋਨ ਹਿਸਟਰੀ ਆਫ ਸਿਕਸ ਦਾ ਲੇਖਕ ਹੈ ਇਹਦਾ ਆਏਗਾ ਜੀ ਆਪਸ਼ਨ A ਜੇ ਡੀ ਕਿੰਗਡਮ ਜੇ ਡੀ ਕਿੰਗਡਮ ਨੇ ਹਿਸਟਰੀ ਆਫ ਸਿਕਸ ਦੀ ਰਚਨਾ ਕੋ ਦੋ ਕੀਤੀ 1949 71 ਹੀਟ ਸਿੱਖਾਂ ਦੇ ਸਭ ਤੋਂ ਪਹਿਲੇ ਸਿੱਕੇ ਜਾਰੀ ਕਰਕੇ ਸਿੱਖਾਂ ਦੇ ਸੁਤੰਤਰ ਹੋਣ ਵੱਲ ਪਹਿਲਾ ਕਦਮ ਚੁੱਕਿਆ ਗਿਆ ਕਿਹੜਾ ਮਹਾਨ ਕੰਮ ਕਰਨ ਵਾਲਾ ਕੌਣ ਸੀ ਬੰਦਾ ਬਹਾਦਰ ਸਿੱਖਾਂ ਦੇ ਪਹਿਲੇ ਸਿੱਕੇ ਕਿਹਨਾ ਗੁਰੂਆਂ ਦੇ ਨਾਂ ਤੇ ਜਾਰੀ ਹੋਏ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਹੀਟ ਲਿਖਿਆਂ ਵਿੱਚੋਂ ਕਿਹੜਾ ਨਗਰ ਸਿੱਖ ਗੁਰੂਆਂ ਦੁਆਰਾ ਨਹੀਂ ਬਸਾਇਆ ਗਿਆ ਲੁਧਿਆਣਾ ਹੀਟ ਲਿਖਿਆਂ ਵਿੱਚੋਂ ਕਿਹੜਾ ਪੁਰਾਤੱਤਵ ਸਬੰਧੀ ਸੋਮਾ ਹੈ ਇਹ ਸਾਰੇ ਭਵਨ ਚਿੱਤਰ ਸਿੱਕੇ ਖਾਲੀ ਥਾਮਾ ਵੀ ਆ ਸਕਦੀਆਂ ਨੇ ਆਦਿ ਗ੍ਰੰਥ ਸਾਹਿਬ ਦੇ ਦਾ ਸੰਕਲਨ ਕੀਤਾ ਗੁਰੂ ਅਰਜਨ ਦੇਵ ਆਦਿ ਗ੍ਰੰਥ ਦੀ ਰਚਨਾ 1604 ਦਸਮ ਗ੍ਰੰਥ ਦਾ ਸੰਕਲਨ ਪਾਈ ਮਨੀ ਸਿੰਘ ਜਫਰਨਾਮਾ ਕਿਸ ਨੇ ਲਿਖਿਆ ਸੀ ਇਹਦਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਨੇ ਜਫਰਨਾਮਾ ਮੁਗਲ ਬਾਦਸ਼ਾਹ ਨੂੰ ਲਿਖਿਆ ਸੀ ਔਰੰਗਜ਼ੇਬ ਸੀ ਉਹਦਾ ਨਾਮ ਆਪਸ਼ਨ B ਬਚਿੱਤਰ ਨਾਟਕ ਕੀ ਹੈ ਜੀ ਪਹਿਲੇ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਹੈ ਭਾਈ ਗੁਰਦਾਸ ਜੀ ਨੇ 12 ਕਿੰਨੀਆਂ ਲਿਖੀਆਂ ਜੀ 39 ਜਨਮ ਸਾਖੀ ਨੂੰ ਸਭ ਤੋਂ ਭਰੋਸੇਯੋਗ ਸਮਝਿਆ ਜਾਂਦਾ ਹੈ ਪੁਰਾਤਨ ਪੁਰਾਤਨ ਜਨਮ ਸਾਖੀ ਸੰਪਾਦਨ ਕਿਨੇ ਕੀਤਾ ਹੈ ਜੀ ਭਾਈ ਵੀਰ ਸਿੰਘ ਹੁਕਮਨਾਮੇ ਕਿਹੜੇ ਆ ਸਿੱਖ ਗੁਰੂਆਂ ਦੇ ਆਗਿਆ ਪੱਤਰ ਗੁਰੂ ਸ਼ੋਭਾ ਦਾ ਲੇਖਕ ਇੱਥੇ ਆਏਗਾ ਸੈਨਾਪਤ ਸਿੱਖਾਂ ਦੀ ਭਗਤ ਮਾਲਾ ਦੀ ਰਚਨਾ ਭਾਈ ਮਨੀ ਸਿੰਘ ਤੁਜਕੇ ਬਾਬਰੀ ਜੋ ਹੈ ਬਾਵਰਨਾ ਸੰਬੰਧਿਤ ਹੈ ਅਬੁਲ ਫਜ਼ਲ ਕੌਣ ਸੀ ਅਕਬਰ ਦਾ ਦਰਬਾਰੀ ਇਤਿਹਾਸਕਾਰ ਤੁਜਕੇ ਜਹਾਂਗੀਰ ਦਾ ਲੇਖਕ ਜਹਾਂਗੀਰ ਜੰਗਨਾਮਾ ਜੋ ਹੈ ਕਾਜੀ ਨੂਰ ਮੁਹੰਮਦ ਲੇਖਕ ਹੈ ਉਹਦਾ ਮਹਾਰਾਜੇ ਜੀ ਸਿੰਘ ਦੀ ਦਰਬਾਰੀ ਇਤਿਹਾਸਕਾਰ ਸੀ ਸੋਹਣ ਲਾਲ ਸੂਰੀ ਗਣੇਸ਼ ਦਾਸ ਬੜਹੇਰਾ ਦੀ ਪ੍ਰਸਿੱਧ ਪੁਸਤਕ ਹੈ ਚਾਰ ਬਾਗੇ ਪੰਜਾਬ ਇਹਦੀ ਰਚਨਾ ਹੋਈ ਸੀ 1855 ਚ ਖਾਲਸਾ ਦਰਬਾਰ ਜਿਹੜਾ ਰਿਕਾਰਡ ਹੈ ਫਾਰਸੀਪਸ ਹੈ ਮੈਲਕੋਮ ਕੇ ਸਕੈਚ ਆਫ ਸਿਕਸ ਦੀ ਰਚਨਾ 1812 ਚ ਹੋਈ। ਦਿ ਕੋਰਟ ਐਂਡ ਦੀ ਕੈਂਪ ਆਫ ਰਣਜੀਤ ਸਿੰਘ ਦੀ ਜਿਹੜੀ ਪੁਸਤਕ ਹੈ ਵਿਲੀਅਮ ਉਸਬੋਰਨ ਨੇ ਲਿਖੀ। ਜੇ ਡੀ ਕਿਨੀਗਮ ਨੇ ਹਿਸਟਰੀ ਆਫ ਸਿਕਸ ਦੀ ਰਚਨਾ 1849 ਚ ਕੀਤੀ। ਸਿੱਖਾਂ ਦੇ ਸਭ ਤੋਂ ਪਹਿਲੇ ਸਿੱਖੇ ਜਾ ਰਹੀ ਹੋਏ ਸੀਗੇ ਬੰਦਾ ਬਹਾਦਰ ਦੁਆਰਾ। ਜੋੜਿਆਂ ਨੂੰ ਵੀ ਤੁਸੀਂ ਸਹੀ ਤਰੀਕੇ ਨਾਲ ਇੱਥੇ ਲਿਖਣਾ ਹੈ ਮੈਚਿੰਗ ਆ ਸਕਦੇ ਆ ਜੀ। ਕੈਲੀਬ੍ਰੇਸ਼ਨ ਦਾ ਆਏਗਾ ਚੌਥਾ ਏ ਦਾ ਚੌਥਾ ਆਦ ਗ੍ਰੰਥ ਸਾਹਿਬ ਜੋ ਹੈ ਗੁਰੂ ਅਰਜਨ ਦੇਵ ਜੀ ਦਸ਼ਮ ਗ੍ਰੰਥ ਸਾਹਿਬ ਜੋ ਹੈ ਭਾਈ ਮਨੀ ਸਿੰਘ ਬਚਿੱਤਰਨਾਟਕ ਗੁਰੂ ਵਿੰਦ ਸਿੰਘ ਜੀ ਦੇ ਨਾਲ ਹੈ ਜਫਰਨਾਮਾ ਔਰੰਗਜ਼ੇਬ ਨਾਲ ਹੈ ਦੂਸਰਾ ਇਹਦਾ ਸਹੀ ਹੈ ਜੀ ਸੀ ਏ ਦਾ ਤਿੰਨ ਪ੍ਰਾਤਨ ਜਨਮ ਸਾਖੀ ਭਾਈ ਵੀਰ ਸਿੰਘ ਗਿਆਨ ਰਤਨਾਵਲੀ ਭਾਈ ਮਨੀ ਸਿੰਘ ਮਿਹਰਬਾਨੀ ਵਾਲੀ ਜਨਮ ਸਾਖੀ ਮਿਹਰਬਾਨ ਹੁਕਮਨਾਮੇ ਗੁਰੂਆਂ ਦੇ ਆਗਿਆ ਪੱਤਰ ਤੀਸਰਾ ਇਹਦਾ ਸਹੀ ਹੈ ਜੀ ਇਹ ਇਹਦਾ ਚੌਥਾ ਗੁਰੂ ਸ਼ੋਭਾ 1741 ਪੰਸਾਵਲੀ ਨਾਮਾ ਬੀ ਦਾ ਤੀਸਰਾ 1780 ਪ੍ਰਾਚੀਨ ਪੰਥ ਪ੍ਰਕਾਸ਼ ਸੀ ਇਹਦਾ ਆਏਗਾ ਪਹਿਲਾ 1841 ਨਾਨਕ ਪ੍ਰਕਾਸ਼ 1823 ਉਹਦੇ ਬਾਅਦ ਹੈ ਜੀ ਕਿਹੜਾ ਜੋਟ ਠੀਕ ਹੈ ਇਹਦੇ ਵਿੱਚ ਸੀ ਸਹੀ ਹੈ ਕੇਵਲ ਏ ਵੀ ਠੀਕ ਹਨ ਕਿਦਾਂ ਮਤਲਬ ਏ ਸਿੱਖਾਂ ਦੀ ਭਗਤ ਮਾਲਾ ਜਿਹੜੀ ਹੈ ਭਾਈ ਮਨੀ ਸਿੰਘ ਤਵਾਰਿਕ ਗੁਰਖਾਲਸਾ ਗਿਆਨੀ ਗਿਆਨ ਸਿੰਘ ਇਹ ਸਹੀ ਹੈ ਇਹਦੇ ਵਿੱਚ ਬੀ ਆਪਸ਼ਨ ਸਹੀ ਹੈ 9ਵੇਂ ਪ੍ਰਸ਼ਨ ਦਾ ਏ ਦਾ ਚੋਤਾ ਤੁਜਕੇ ਬਾਵਰੀ ਬਾਵਰ ਆਇਨੀ ਅਕਬਰੀ ਜਿਹੜਾ ਹੈ ਅਬਦੁਲ ਫਜ਼ਲ ਨੇ ਲਿਖਿਆ ਤੁਜਕੇ ਜਹਾਂਗੀਰ ਜੋ ਹੈ ਜਹਾਂਗੀਰ ਦਾ ਜੰਗਨਾਮਾ ਜੋ ਹੈ ਕਾਜੀ ਨੂਰ ਮੁਹੰਮਦ ਛੇਮਾ ਪ੍ਰਸ਼ਨ ਕਿਹੜਾ ਜੋਟ ਸਹੀ ਨਹੀਂ ਹੈ ਬੀ ਬੀ ਗਲਤ ਹੈ ਬੀ ਤੇ ਸੀ ਠੀਕ ਨਹੀਂ ਹੈ ਜਫਰਨਾਮਾ ਰਣਜੀਤ ਸਿੰਘ ਜਹਾਂਗੀਰ ਤੇ ਦਵਾਰੀਖੇ ਪੰਜਾਬ ਦੀ ਬਾਨ ਅਮਨਰਾਥੇ ਗਲਤ ਹੈ ਦੀ ਕੋਰਟ ਐਂਡ ਕੈਂਪ ਆਫ ਰਣਜੀਤ ਸਿੰਘ ਇਹ ਸਤਮਾ ਪ੍ਰਸ਼ਨ ਦੇਖੋ ਇਹਦੇ ਮੈਚ ਸਹੀ ਕਰੋ ਏ ਏ ਚੌਥਾ ਕੋਰਟ ਐਂਡ ਕੈਂਪ ਰਣਜੀਤ ਸਿੰਘ ਦਾ ਆਏਗਾ ਜੀ ਵਿਲੀਅਮ ਉਸਪੇ ਨੇ ਲਿਖਿਆ ਹੈ ਸਕੇਚ ਆਫ ਦੀ ਸਿਕਸ ਲਿਖਿਆ ਜੀ ਮੈਲਕੈਮ ਹਿਸਟਰੀ ਆਫ ਸਿਕਸ ਜੋ ਲਿਖੀ ਆ ਡਾਕਟਰ ਮੈਗਰਾਗਰ ਦੀ ਪੰਜਾਬ ਲਿਖੀ ਐ ਸਟਾਈਲਿਨ ਬਖ ਸਹੀ ਚੋਣ ਕਰਨਾ ਹੈ ਤੁਸੀਂ ਇਹਦੇ ਵਿੱਚ ਏ ਸਹੀ ਹੈ ਸ੍ਰੀ ਗੁਰੂ ਸੋਭਾ ਬੰਸਾਵਲੀ ਨਾਨਕ ਪ੍ਰਕਾਸ਼ ਸੂਰਜ ਪ੍ਰਕਾਸ਼ ਇਹ ਸਹੀ ਹੈ ਦੂਸਰਾ ਇਹਦੇ ਵਿੱਚ ਤੀਸਰਾ ਸਹੀ ਹੈ ਖੁਲਾਸਤ ਤਵਾਰੀਖ ਜੰਗਨਾਮਾ ਤਵਾਰੀਖੇ ਸਿੱਖਾਂ ਤਵਾਰੀਖੇ ਪੰਜਾਬ ਸੋ ਵਿਦਿਆਰਥੀ ਇਹ ਜ਼ਰੂਰੀ ਪ੍ਰੇਸ਼ਨ ਸੀ ਉਮੀਦ ਹੈ ਤੁਹਾਨੂੰ ਇਹ ਪਸੰਦ ਆਏ ਹੋਣਗੇ ਸੋ ਅੱਜ ਅਸੀਂ ਤੁਹਾਨੂੰ ਦੂਸਰਾ ਪਾਠ ਕਰਵਾ ਦਿੱਤਾ ਇਸੇ ਤਰ੍ਹਾਂ ਅਸੀਂ ਤੁਹਾਡੇ ਜਿੰਨੇ ਵੀ ਲੈਸਨ ਨੇ ਟਰਮ 1 ਦੇ ਪੇਪਰਾਂ ਵਿੱਚ ਤੁਹਾਨੂੰ ਕਰਵਾਵਾਂਗੇ ਧੰਨਵਾਦ ਵੀਡੀਓ ਦੇਖਣ ਲਈ ਬਾਕੀ ਆਪਣੇ ਸਾਥੀਆਂ ਨੂੰ ਕਲਾਸ ਨਾਲ ਜੋੜੋ ਤੇ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਆਪਣਾ ਨਾਮ ਤੇ ਰੋਲ ਨੰਬਰ ਲਿਖ ਕੇ ਕਮੈਂਟ ਕਰੋ ਤਾਂ ਕਿ ਪਤਾ ਲੱਗੇ ਕਿ ਕਿੰਨੇ ਵਿਦਿਆਰਥੀ ਕਲਾਸ ਦੇਖਦੇ ਨੇ ਥੈਂਕ ਯੂ ਵੈਰੀ ਮਚ ਬੈਸਟ ਆਫ ਲੱਕ ਫਾਰ ਦਾ ਐਗਜ਼ਾਮ ਇਦਾਂ ਹੀ ਹੋਰ ਤੁਹਾਨੂੰ ਟਾਪਿਕ ਪ੍ਰੋਵਾਈਡ ਕਰਵਾਉਂਦੇ ਰਹਿਾਂਗੇ